اعوذ باللہ من الشیطان الرجیم بسم اللہ الرحمن الرحیم حکیم محمد ریاض عبداللہ دواہنے تو سب دوستاں نو سلام عرض ਕਰਦਾ جی پتر تو السلام علیکم ورحمۃ اللہ وبرکاتہ دوستو اج کل بالکل بالخصوص شادیاں ویاہاں تے جس ویلے بندے کھانا کھاندے ن ٹککے کباب کھاندے ن پھر میرے کول بڑے بندے آ رہے ہو جے حکیم صاحب پیشاب جل جل کے ਆਉਂਦਾ سڑ کے ਆਉਂਦਾ ਠੀਕ ਹੈ ਜੀ ਪਿਸ਼ਾਬ ਸੜ ਕੇ ਆਉਂਦਾ ਛੋਟਾ ਜਿਹੜਾ ਉਹਦਾ ਕੋਈ ਸਾਨੂੰ ਉਹਦੀ ਕੋਈ ਦਵਾਈ ਦਿਓ ਕਿੰਿਆਂ ਨੂੰ ਫਿਰ ਰੇਤ ਦੇ ਜਰਾਤ ਹੁੰਦੇ ਗੁਰਦਿਆਂ ਵਿੱਚ ਪੱਥਰੀ ਦੇ ਹੁੰਦੇ ਨੇ ਪੱਥਰੀ ਬਣ ਜਾਂਦੀ ਏ ਲੇਕਿਨ ਤੁਸੀਂ ਇਹਨਾਂ ਚੀਜ਼ਾਂ ਤੋਂ ਪਹਿਲਾਂ ਪਰਹੇਜ਼ ਕਰਨਾ ਹੈ ਗਰਮ ਚੀਜ਼ਾਂ ਗਰਮ ਸ਼ਿਆ ਪਕੋੜੇ ਸਮੋਸੇ ਟਿੱਕੇ ਕਬਾਬ ਮਰਚਾਂ ਵਾਲੀਆਂ ਸ਼ਾਵਾਂ ਜਿਹੜੀਆਂ ਬਹੁਤ ਜ਼ਿਆਦਾ ਮਰਚਾਂ ਦਾ ਇਸਤੇਮਾਲ ਅਸੀਂ ਕਰਨਿਆਂ ਜਾ ਬਜਾ ਮਸਾਲੇ ਦਾ ਇਸ ਨੂੰ ਤੁਸਾਂ ਪ੍ਰੇਜ਼ ਕਰਨਾ ਹੈ ਸਾਡੀ ਵੀਡੀਓ ਆਖਰ ਤੱਕ ਦੇਖਿਆ ਕਰੋ ਜਿੰਨੇ ਵੀ ਦੋਸਤ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਲਾਈਕ ਕਰੋ ਦੋਸਤਾਂ ਕੇ ਇਹਨੂੰ ਸ਼ੇਅਰ ਵੀ ਕਰੋ ਉਹ ਨੁਸਖਾ ਲਵਸ ਹੁਣ ਟੋਟਕਾ ਛੋਟਾ ਜਿਹਾ ਤੁਹਾਨੂੰ ਦੱਸਣ ਲੱਗਿਆ ਤੇ ਕੰਮ ਇਹਦਾ ਮੋਟਾ ਹੈ ਇਹ ਛੋਟਾ ਕੰਮ ਮੋਟਾ ਹੈ ਕੰਮ ਇਹਦਾ ਵੱਡਾ ਹੈ ਇਹ ਨਾ ਆਖਿਓ ਕਿ ਐਵੇਂ ਕੀਮ ਸਿੰਘ ਸਾਹਿਬ ਨੇ ਦੱਸ ਛੱਡਿਆ ਛੋਟਾ ਜਿਹਾ ਕਰਕੇ ਜੋਖਾਰ ਤੇ ਕਲਮੀ ਸ਼ੋਰਾ ਮਰੂਫ ਚੀਜ਼ਾਂ ਨੇ ਜੋਖਾਰ ਤੇ ਕਲਮਿਸ਼ੋਰਾ ਕਲਮਿਸ਼ੋਰਾ ਹੈ ਨਾ ਹੋਵੇ ਤੁਹਾਨੂੰ ਮਰ ਪੰਸਾਰੀ ਦੇਖੜੇ ਨਮਕੀ ਜੋ ਖਾਓ ਨ ਕਲਮਿਸ਼ੋਰਾ ਨੂੰ ਆਖੋ ਹਾਲਸ ਚਾਹੀਦਾ ਵੀ ਵੀ ਗ੍ਰਾਮ ਦੋ ਚੀਜ਼ਾਂ ਲੈ ਲਓ ਉਹਨਾਂ ਦੀਆਂ ਤ੍ਰੈ ਪੁੜੀਆਂ ਬਣਾ ਲਓ ਤਿੰਨ ਪੁੜੀਆਂ ਬਣਾ ਕੇ ਕਿਲੋ ਦੁੱਧ ਲਵੋ ਤੇ ਕਿਲੋ ਵਿੱਚ ਪਾਣੀ ਪਾਓ ਕੱਚੀ ਲੱਸੀ ਬਣਾ ਲੇ ਤੇ ਪੂੜੀ ਜਿਹੜੀ ਹੈ ਨਾ ਚੰਗੀ ਇੱਕ ਚਮਚ ਭਰ ਕੇ ਵੱਡੀ ਚਮਚ ਉਹ ਜਗ ਵਿੱਚ ਸਾਟ ਦਿਓ ਰੇਤ ਦੇ ਹਜ਼ਰਾਤ ਤੇ ਦੂਜੀਆਂ ਪੱਥਰੀ ਵਗੈਰਾ ਅੱਲਾ ਦੇ ਹੁਕਮ ਦੇ ਨਾਲ ਤੇ ਪਿਸ਼ਾਬ ਜਲ ਕੇ ਆਉਣਾ ਸੜ ਕੇ ਆਉਣਾ ਤੇ ਥੋੜਾ ਥੋੜਾ ਆਉਣਾ ਟੁੱਟ ਟੁੱਟ ਕੇ ਪਿਸ਼ਾਬ ਆਉਂਦਾ ਪਿਸ਼ਾਬ ਨੂੰ ਕਹਿੰਦੇ ਨੇ ਇੰਦਰੀ ਜਲਾਬ ਜਿਸ ਵੇਲੇ ਇੰਦਰੀ ਜਲਾਬ ਤੁਸਾਂ ਲੈਣੇ ਨੇ ਤੁਹਾਡਾ ਪਿਸ਼ਾਬ ਖੁੱਲ ਜਾਣਾ ਤੇ ਸਫੈਦ ਚਿੱਟਾ ਪਿਸ਼ਾਬ ਹੋ ਜਾਣਾ ਤੁਹਾਨੂੰ ਤਕਲੀਫ ਨਹੀਂ ਹੋਣ ਲਗੀ ਕਿਸੇ ਕਿਸਮ ਦੀ ਰੇਤ ਦੇ ਹਜ਼ਰਾਤ ਵੀ ਬਾਹਰ ਨਿਕਲ ਜਾਣਗੇ ਅੱਲਾ ਦੇ ਹੁੰਦੇ ਨਾਲ ਗੁਰਦੇ ਵੀ ਸਾਫ ਹੋ ਜਾਣਗੇ ਇਹ ਤੇ ਅੱਜ ਦਾ ਇਹ ਟੋਟਕਾ ਤੁਹਾਨੂੰ ਮੈਂ ਛੱਡਿਆ ਦਸ ਆਲੂ ਤੇ ਟਮਾਟਰ ਇਹਨਾਂ ਨੂੰ ਬਿਲ ਖਸੂਸ ਪ੍ਰੇਰਤ ਕਰੋ ਕਿਉਂਕਿ ਇਹ ਪਥਰੀ ਬਣਾਉਂਦੇ ਨੇ ਜ਼ਿਆਦਾ ਇਹ ਪਥਰੀ ਪੈਦਾ ਕਰਦੇ ਨੇ ਗੁਰਦੇ आहर खुदा दोस्तान वरह अगर हमारी ये वीडियो आपके लिए हेल्पफुल रही है तो हमारे चैनल को सब्सक्राइब कर लें और वीडियो को लाइक भी कर लें ताकि हमें इस जैसी और वीडियो बनाने के लिए मोटिवेशन मिल सके